ਸਸ਼ੀਕਾਲ ਜੀ ਪੂਰੇ ਪੰਜਾਬ ਚ ਕਈ ਦਿਨਾਂ ਦੀਆਂ ਤਸਵੀਰਾਂ ਆ ਰਹੀਆਂ ਨੇ ਲੱਗਦਾ ਵੀ ਟ੍ਰੈਫਿਕ ਪੁਲਿਸ ਸ਼ਾਇਦ ਹੁਣੀ ਜਾਗੀ ਹੁੰਦੀ ਆ ਹਾਲਾਂਕਿ ਕਈ ਲੋਕ ਤਾਂ ਖੈਰ ਪਹਿਲਾਂ ਵੀ ਇਸ ਸੀਨ ਨੂੰ ਲੈ ਕੇ ਵੇਅਰ ਨਹੀਂ ਤੇ ਟ੍ਰੈਫਿਕ ਪੁਲਿਸ ਕੰਮ ਕਰਦੀ ਰਹਿੰਦੀ ਆ ਦੂਜੇ ਪਾਸੇ ਚੰਡੀਗੜ੍ਹ ਵਰਗੇ ਸਹਾਰਾਂ ਚ ਦੇਖਦੇ ਆ ਤੇ ਧਲਾਧਲ ਚਲਾਣ ਇਸ ਸੀ ਦੇ ਕੱਟਦੇ ਰਹਿੰਦੇ ਨੇ ਬੁੱਟ ਤੇ ਪੜਾਕਿਆਂ ਦੀ ਗੱਲ ਕਰਨ ਲੱਗਿਆ ਮੈਂ ਤੇ کئی ਖੋਰੂ ਵੀ ਬਹੁਤ ਪਾਉਂਦੇ ਨੇ ਚ ਵੀ ਕੋਈ ਦੋ ਰਾਈ ਨਹੀਂ ਹੈ ਕਿ ਕਿ ਬੁਲਟ ਦੇ ਪੜਾਕੇ ਸਲੈਂਸਰ ਚੇਂਜ ਕਰਾ ਕੇ ਜਿਉਂ ਲੱਗਦੇ ਠਾ 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 ਪਕ ਪੁੱਛੋ ਨਾ ਪਰ ਹੁਣ ਸਭ ਤੋਂ ਵੱਡੀ ਗੱਲ ਉਹਨਾਂ ਦੁਕਾਨਦਾਰਾਂ ਲਈ ਵੀ ਖਤਰਾ ਪੈਦਾ ਹੋਣ ਲੱਗ ਗਿਆ ਜਿਹੜੇ ਆਖਰ ਕਰਕੇ ਦਾ ਪ੍ਰਬੰਧ ਕਰਦੇ ਨੇ ਯਾਨੀ ਕਿ ਸਲੈਂਸਰ ਮੋਡੀਫਾਈ ਕਰਦੇ ਨੇ ਪੁਲਿਸ ਨੇ ਨਾਲ ਨਾਲ ਸਕੰਜਾ ਕੱਸਣਾ ਸ਼ੁਰੂ ਕਰਤਾ ਹੈ ਪੰਜਾਬ ਦੇ ਵਿੱਚ ਜੇਕਰ ਇੱਕ ਮੈਂ ਤੁਹਾਨੂੰ ਪੁਲਿਸ ਵਾਲੇ ਦੀ ਥੋੜੀ ਜੀ ਗੱਲ ਸੁਣਾਉਂਗਾ ਮੋਗੇ ਦੇ ਜੇ ਕਿਹਾ ਜਾਵੇ ਇਹ ਟ੍ਰੈਫਿਕ ਇੰਚਾਰਜ ਸਾਹਿਬ ਨੇਗੇ ਤੇ ਬਹੁਤ ਵਧੀਆ ਇਹਨਾਂ ਦਾ ਖੈਰ ਮੈਨੂੰ ਤਾਂ ਇਹ ਗੱਲ ਲੱਗੀ ਕਿ ਆਖਰ ਨਾਕਿਆਂ ਜਾ ਕੇ ਲੋਕ ਚਲਾਨ ਕੱਟ ਕੇ ਉਹ ਕੁਝ ਕੁ ਸਲੈਂਸਰ ਇਕੱਠੇ ਕਰਕੇ ਇਹ ਚੀਨੀ ਦਿਖਾਉਂਦੇ ਕਿ ਡਿਊਟੀ ਖਤਮ ਹੋ ਗਈ ਉਹ ਕਹਿੰਦੇ ਭਾਈ ਹੁਣ ਐਸੀ ਤਾਂ ਸ਼ੁਰੂਆਤ ਕਰਤੀ ਹੈ ਕਿ ਜਿਹੜੇ ਦੁਕਾਨਦਾਰ ਬਦਲ ਰਹੇ ਨੇ ਉਹਨਾਂ ਦੇ ਵੀ ਇਹ ਪਰਵਾਨੇ ਕੱਟਣੇ ਸ਼ੁਰੂ ਕਰਤੇ ਨੇ ਕਾਨੂੰਨੀ ਕਾਰਵਾਈ ਕਹਿੰਦੇ ਹੁਣ ਉਹਨਾਂ ਤੇ ਵੀ ਕਰਾਂਗੇ ਕਿ ਸਿਰਫ ਦੋਸ਼ੀ ਉਹ ਨਹੀਂ ਕਿ ਆਖਰ ਜੀ ਨੇ ਹੈ ਮੋਡੀਫਾਈ ਕਰਾ ਲਿਆ ਪਟਾਕੇ ਠਾਠਾ ਮਾਰਦਾ ਫਿਰਦਾ ਲੋਕਾਂ ਦੇ ਕੰਨ ਖਾਂਦਾ ਫਿਰਦਾ ਤੇ ਇਹ ਫੁਕਰਵਾਜ ਲਫੈਂਡ ਜਿਹੜੀ ਮੰਢੀਰਾ ਉਹ ਆਖਰਕਾਰ ਹਾਰਦੀ ਹੈ ਨਹੀਂ ਲੋਕ ਪਰੇਸ਼ਾਨ ਉਹਨਾਂ ਦੇ ਆਪ ਦੇ ਵੀ ਖੁਦ ਦੇ ਦੇਖਿਆ ਜਾਵੇ ਘਰ ਦੇ ਵੀ ਇੱਦੇ ਕੋਲੇ ਵੀ ਜਿਸ ਤਰ੍ਹਾਂ ਦੀ ਸ਼ਰਾਰਤ ਕੋਈ ਕਰੇ ਤਾਂ ਆਖਰ ਪਰੇਸ਼ਾਨੀ ਉਹਨਾਂ ਦੇ ਵੀ ਹੋਊਗੀ ਪਰ ਲੋਕ ਸਮਝਦੇ ਨਹੀਂ ਹੈਗੇ ਪਰ ਇਹ ਪੁਲਿਸ ਮੁਲਾਜ਼ਮ ਨੇ ਜੇ ਕਿਹਾ ਜਾਵੇ ਤਾਂ ਕੰਨ ਚੰਗੇ ਕਰਾਏ ਨੇ ਤੇ ਆਖਰਕਰੋਂ ਸ਼ੁਰੂਆਤ ਕਰਤੀ ਹੈ ਕਹਿੰਦਾ ਮੈਂ ਤਾਂ ਕਈਆਂ ਨੂੰ ਪਰਵਾਨੇ ਭੇਜਤੇ ਵੀ ਨੇਗੇ ਥੋੜੀ ਜੀ ਗੱਲ ਸੁਣ ਲਣਿਆ ਅਸੀਂ ਨੌਜਵਾਨਾਂ ਨੂੰ ਪੁੱਛਦੇ ਹਾਂ ਵੀ ਇਹ ਸਲੈਂਸਰ ਕਿੱਥੋਂ ਮੋਡੀਫਾਈ ਕਰਾਇਆ ਗਿਆ ਅਸੀਂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਅਸੀਂ ਪਰਵਾਨੇ ਕੱਢ ਚੁੱਕੇ ਹਾਂ ਜਿਹੜੇ ਵੀ ਦੁਕਾਨਦਾਰ ਨੇ ਸਲੈਂਸਰ ਨੌਜਵਾਨਾਂ ਦਾ ਮੋਡੀਫਾਈ ਕੀਤਾ ਉਨ੍ਹਾਂ ਤੇ ਬੰਦੀ ਔਰ ਧੁਕਵੀ ਕਾਰਵਾਈ ਤੁਰੰਤ ਕੀਤੀ ਜਾਊਗੀ ਇਹ ਖੈਰ ਮੈਂ ਜ਼ਿਆਦਾ ਨਹੀਂ ਸੁਣਾ ਰਿਹਾ ਤੁਹਾਨੂੰ ਹੋ ਇਸ ਕਰਕੇ ਕਿਉਂਕਿ ਥੋੜੀ ਜਿਹੀ ਮੈਂ ਤਾਂ ਸੁਣਾਈ ਹੈ ਕਿਉਂਕਿ ਫਿਰ ਕਾਪੀਰਾਈਟ ਵਾਲਾ ਇਸ਼ੂ ਹੋ ਜਾਂਦੇ ਨੇ ਹਰੇਕ ਨਾ ਇੱਕ ਤਾਂ ਲੋਕਾਂ ਨੂੰ ਇਹ ਬਹੁਤ ਹੋਇਆ ਪਿਆ ਵੀ ਮੈਂ ਬਸ ਚੀਜ਼ ਦਿਖਾਈ ਜਾਵਾਂ ਚੰਗੀ ਚੀਜ਼ ਹੋਰ ਤਾਂ ਕੋਈ ਵਾਇਰਲ ਕਰੇ ਨਾ ਖੈਰ ਪਰ ਇਹ ਜਿਹੜੀ ਸੁਣਾਈ ਹੈ ਤਾਂ ਇਹਦੇ ਵਿੱਚ ਇਹ ਉਹਨਾਂ ਦੁਕਾਨਦਾਰਾਂ ਨੂੰ ਸ਼ੇਅਰ ਕਰ ਦਿਓ ਜਾਣਕਾਰੀ ਜਿਹੜੇ ਜਿਹੜੇ ਹਜੇ ਵੀ ਹੜਦੇ ਨਹੀਂ ਹੈਗੇ ਬੁਲਟ ਦੇ ਪਟਾਕੇ ਪਾਉਣ ਦਾ ਪ੍ਰਬੰਧ ਕਰਨ ਵਾਸਤੇ ਕਿਉਂਕਿ ਜਿਹੜੇ ਪਾਉਣਾ ਚਾਹੁੰਦੇ ਨੇ ਆਖਿਰਕਾਰ ਉਹਨਾਂ ਦਾ ਤਾਂ ਫਿਰ ਚਲਾਨ ਕੱ ਫੜਿਆ ਜਾਂਦਾ ਹੈ ਕਾਰਵਾਈ ਹੋ ਜਾਂਦੀ ਹੈ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਤੇ ਲੋਕਾਂ ਨੂੰ ਜਿਹੜੇ ਤੰਗ ਕਰਦੇ ਨੇ ਪਰ ਗੱਲ ਇਹ ਵੀ ਇਹ ਉਹਨਾਂ ਦੁਕਾਨਦਾਰਾਂ ਨੂੰ ਵੀ ਦਿਖਾ ਦਿਓ ਵੀ ਆਖਰ ਭਾਈ ਜੇ ਹੁਣ ਜਿਹੜੇ ਤੁਸੀਂ ਵੀ ਸਵੰਸਰ ਵਧਰਿਆ ਕਰੋਗੇ ਨਾ ਸ਼ਾਮਤ ਹੋ ਢੋੜੀ ਵੀ ਆਇਆ ਕਰੂਗੀ ਤੁਹਾਡੇ ਤੇ ਵੀ ਕਾਰਵਾਈ ਹੋਣੀ ਆ ਕੱਲਾ ਇਹ ਗੱਲ ਨਹੀਂ ਹੈਗਾ ਵੀ ਤੁਸੀਂ ਕਹੋ ਵੀ ਆਖਰ ਠੀਕ ਹੈ ਜੀ ਆਪਾਂ ਨੇ ਕਿਹਾਣਾ ਆਪਦਾ ਉਹਦੇ ਪੈਸੇ ਲੈ ਲਓ ਪੈਸੇ ਚਰਜਾਂ ਦੀ ਕੁੱਟ ਲਓ ਪਰ ਲੱਗਦਾ ਵੀ ਹੁਣ ਪੰਜਾਬ ਪੁਲਿਸ ਸਖਤ ਹੁੰਦੀ ਜਾ ਰਹੀ ਆ ਉਹਨਾਂ ਲੋਕਾਂ ਤੇ ਵੀ ਕਹਿੰਦੇ ਜੜੀ ਖਤਮ ਕਰਦੀ ਹੈ ਜੇ ਆਪਾਂ ਫਿਰ ਕੀ ਰਹੂ ਕਿਉਂਕਿ ਜੇ ਕੋਈ ਹੁਣ ਬੁੱਟ ਚੇਂਜ ਬੁੱਟ ਦਾ ਸਰੰਸਰ ਚੇਂਜ ਕਰਾਉਣ ਜਾਊਗਾ ਵੀ ਅੱਗੇ ਦੁਕਾਨਦਾਰ ਜਵਾਬ ਦੇ ਦੂ ਤਾਂ ਫਿਰ ਕਿਥੋਂ ਚਲਾਉਣਗੇ ਕਿਥੋਂ ਚੜਾਉਣਗੇ ਹੁਣ ਇਹਦੇ ਨਾਲ ਇੱਕ ਚੀਜ਼ ਹੋਰ ਕਰ ਦੇਣੀ ਚਾਹੀਦੀ ਆ ਪੁਲਿਸ ਵਾਲਿਆਂ ਨੂੰ ਇੱਕ ਪਾਸੇ ਤਾਂ ਉਹਨਾਂ ਨੇ ਜਿਹੜੇ ਵਜਾਉਣ ਵਾਲਿਆਂ ਨੇ ਚਲਾਨ ਕੱਟਤੇ ਉੱਥੇ ਕਾਰਵਾਈ ਕਰੀ ਜਾਂਦੇ ਨੇ ਦੂਜੇ ਪਾਸੇ ਹੁਣ ਇਹਨਾਂ ਨੂੰ ਵੀ ਹੋ ਗਏ ਵੀ ਜਿਹੜੇ ਹੁਣ ਇੱਕ ਕੰਮ ਹੋਰ ਛੋਟਾ ਜਿਹਾ ਕਰ ਦਰ ਵੀ ਜਿਹੜੇ ਇਹਨਾਂ ਨੂੰ ਵੇਚ ਰਹੇ ਨੇ ਉਹਨਾਂ ਦੀ ਵੀ ਮੰਜੀ ਠੋਕੜ ਕਿਉਂਕਿ ਇਹ ਲਾਲਚ ਦੇ ਮਾਰੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਕਈਆਂ ਨੂੰ ਐਸੈਸਰੀ ਦੇ ਨਾਂ ਤੇ ਉੱਥੇ ਪਤਾ ਨਹੀਂ ਕੀ ਪੁੱਠਾ ਸਦਾ ਸਮਾਨ ਰੱਖੀ ਰੱਖਦੇ ਨੇ ਉਹਦਾ ਦੇਖਿਆ ਜਾਵੇ ਬਹੁਤ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਚੀਜ਼ਾਂ ਲੇਗੀਆਂ ਪਰ ਨਾਲ ਨਾਲ ਜੇ ਦੇਖਿਆ ਜਾਵੇ ਇਹਨਾਂ ਨੇ ਵੀ ਸਭ ਤੋਂ ਜ਼ਿਆਦਾ ਗੰਦਾ ਇਸ ਚੀਜ਼ ਦਾ ਪਾਇਆ ਹੋਇਆ ਤੇ ਹੁਣ 50% ਨੂੰ ਚਾਹੀਦਾ ਵੀ ਇਹਨਾਂ ਦੀ ਵੀ ਮੰਜੀ ਠੋਕੇ ਜਿਹੜੇ ਇਹ ਦੁਕਾਨਾਂ ਦੇ ਵਿੱਚ ਹੀ ਜਾਂਦੇ ਨੇਗੇ ਕਿਉਂਕਿ ਲਗਾਤਾਰ ਜੇ ਕੋਈ ਮਾੜੀ ਚੀਜ਼ ਆਊਗੀ ਨਹੀਂ ਤਾਂ ਅੱਗੇ बिकੂਗੀ ਕਿਵੇਂ ਖੈਰ ਸਾਡੇ ਇੱਕ ਚੀਜ਼ ਜਿਹੜਾ ਕਈ ਲੋਕਾਂ ਨੇ ਮੈਂ ਕਹਦੇ ਸੁਣਿਆ ਉਹ ਕਹਿੰਦੇ ਵੀ ਜਦੋਂ ਮਾੜੀ ਚੀਜ਼ ਸ਼ੁਰੂ ਹੋ ਜਾਂਦੀ ਹੈ ਨਾ ਉਹ ਖਤਮ ਨਹੀਂ ਹੁੰਦੀ ਹੁੰਦੀ ਚਲੋ ਖੈਰ ਲੋਕਾਂ ਦੇ ਵਿੱਚ ਡਰ ਬੈਠੂਗਾ ਇੱਕ ਚੀਜ਼ ਤਾਂ ਹੈ ਘਟਣਗੇ ਤਾਂ ਸਹੀ ਜਾਣਕਾਰੀ ਕਮੈਂਟ ਕਰਕੇ ਦੱਸੋ ਕਹੇ ਜਾ ਲੱਗਿਆ ਤੁਹਾਨੂੰ ਆਖਰ ਤੇ ਨਾਲ ਨਾਲ ਸ਼ੇਅਰ ਵੀ ਕਰ ਦਿਓ ਜਿਹੜੇ ਆਪਰਾਕੇ ਬੋਣ ਦਾ ਪ੍ਰਬੰਧ ਕਰਦੇ ਫਿਰਦੇ ਨੇ ਤੇ ਬੋਣਦੇ ਫਿਰਦੇ ਨੇ ਧੰਨਵਾਦ